मेरे वालों सारे नु सत श्री अकाल, मैं संदीप, थैंक यू सो मच तुसी साडे पहले वाले व्लॉग नु बहुत प्यार किया, बहुत शेयर किया। सो हुण असीं रेडी आ, सो हुण मन्नू ते लगना आ माइयां, लगना आ माइयां तो बाद चूड़े वाला प्रोग्राम है, फिर जागो वाला प्रोग्राम है, ठीक है। सो सारा ब्लॉग असीं इहदे विच शूट करांगे, ठीक है। ते तुसीं पूरा वीडियो जरूर देखना, ते इस वीडियो नु पहले वाले वीडियो नालों भी ज्यादा शेयर करना। थैंक यू सो मच, हुण आपां चलदे आ। ताजी लेके जाऊगा, मेनू पिछे बैठाउणगे, बाकी बुढ़िया सारिया बाद छोड़नगियां। चलो 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 चलो, दीदी तुर के आऊगी, तुसी दोनों जाओ भाई, शर्म शर्म नहीं होती तुहानू, कुड़ी तुर के ते तुसी बह जाओ। हां जी हां जी आंटी, दुध फिर लै जाणगे वेले ही आंटी, इह मैनू छड्डण जांदे आ। चलो चलो गां नू हो जाओ, सारी सीट रोक के बह गए। चलो सैमी पैर ते चक भी रखण दे। चलो बाय आंटी, बाय। मेरे ते हां ना चल सेट ना जाई। जंप मार जानी है बस जद आ गए। हरी हरी इधर कुल्लू होनी, ट्रिपलिंग करते हैं, ट्रिपलिंग रोक लो। चल चल कोई देख लूगा। ओ ध्यान 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 we'll be right back.
ਜਾਣ ਦੀ ਪੇਟੇ ਤੋਰ ਸ਼ਕੀਨਾ ਨੀ ਤੂੰ ਕੀ ਜਾਣ ਦੀ ਪੇਟੇ ਤੋਰ ਸ਼ਕੀਨਾ ਨੀ ਪੇਟੇ ਤੋਰ ਸ਼ਕੀਨਾ ਤੁਸੀਂ ਪੂਰਾ ਵਲੋਗ ਦੇਖ ਲਿਆ ਹੋਊਗਾ ਅਤੇ ਤੁਹਾਨੂੰ ਵਲੋਗ ਵਧੀਆ ਵੀ ਲੱਗਿਆ ਹੋਊਗਾ। ਅਗਰ ਵਲੋਗ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਨੈਕਸਟ ਵੀਡੀਓ ਅਪਲੋਡ ਹੁੰਦੇ ਹੀ ਤੁਹਾਨੂੰ ਇਨਫੋਰਮੇਸ਼ਨ ਮਿਲ ਸਕੇ। ਨੈਕਸਟ ਇੱਕ ਬਹੁਤ ਹੀ ਇੰਪੋਰਟੈਂਟ ਜੀ ਗੱਲ, ਜਿਹੜੀ ਅੱਜ ਵਾਲੀ ਵੀਡੀਓ ਸੀ ਇਹਦਾ ਮੋਸਟਲੀ ਜਿਹੜਾ ਬੈਕਗਰਾਊਂਡ ਮਿਊਜ਼ਿਕ ਸੀ ਮੈਂ ਕੱਟ ਕੀਤਾ ਸੀ ਬੈਕਗਰਾਊਂਡ, ਕਿਉਂਕਿ ਡੀ ਜੇ ਵਗੈਰਾ ਚੱਲ ਰਹੇ ਸੀ, ਸੋ ਜਿਹੜਾ ਉਹ ਵਾਲਾ ਸਾਊਂਡ ਹੈਗਾ ਉਸ 'ਤੇ ਕੋਪੀਰਾਈਟ ਆਉਣ ਦੇ ਚਾਂਸ ਹੁੰਦੇ, ਸੋ ਦੈਟਸ ਵਾਈ ਮੈਂ ਜਿਹੜੀ ਵੋਲਿਊਮ ਉਹਨੂੰ ਕੱਟ ਕੀਤਾ। ਮੈਨੂੰ ਵੀ ਥੋੜ੍ਹੀ ਟਾਈਮ ਦੀ ਸ਼ੋਰਟ ਹੈਗਾ ਆ, ਸੋ ਮੈਨੂੰ ਉਹ ਐਡੀਟਿੰਗ ਕਰਨ 'ਚ ਕਾਫੀ ਦਿੱਕਤ ਹੋ ਰਹੀ ਸੀ ਕਿਉਂਕਿ ਬੈਕਗਰਾਊਂਡ ਮਿਊਜ਼ਿਕ ਚੱਲ ਰਿਹਾ ਸੀਗਾ, ਠੀਕ ਆ। ਸੋ ਉਸ ਚੀਜ਼ ਨੂੰ ਮੈਂ ਮਿਊਜ਼ਿਕ ਨੂੰ ਸਿੱਧਾ ਕੱਟ ਕੀਤਾ, ਵੀਡੀਓ ਦੀ ਸਪੀਡ ਕੀਤੀ ਕਿ ਵੀਡੀਓ ਛੋਟੀ ਹੋ ਜਾਵੇ, ਤੁਸੀਂ ਵੀ ਈਜ਼ੀਲੀ ਦੇਖ ਪਾਉਣ, ਠੀਕ ਹੈ। ਸੋ ਮੇਨ ਗੱਲ ਇੱਥੇ ਆਹ ਆ, ਅਗਰ ਤੁਸੀਂ ਬਿਹਾਈਂਡ ਦਾ ਸੀਨ ਦੇਖਣਾ ਚਾਹੁੰਦੇ ਆ, ਬਿਹਾਈਂਡ ਦਾ ਸੀਨ ਕੀ ਗੱਲਾਂ ਹੋ ਰਹੀਆਂ, ਸੋ ਇੱਦਾਂ ਦੀਆਂ ਕੁਝ ਚੀਜ਼ਾਂ, ਅਗਰ ਤੁਸੀਂ ਬਿਹਾਈਂਡ ਦਾ ਸੀਨ ਵੀਡੀਓ ਦੇ ਸੀਨਸ ਦੇਖਣਾ ਚਾਹੁੰਦੇ ਆ, ਤਾਂ ਪਲੀਜ਼ ਇੱਕ ਤੁਸੀਂ ਪ੍ਰੀਸ਼ੀਅਸ ਜਿਹਾ ਕਮੈਂਟ ਕਰਨਾ ਹੈ ਕਿ ਤੁਸੀਂ ਦੇਖਣਾ ਚਾਹੁੰਦੇ ਆ ਜਾਂ ਤੁਸੀਂ ਦੇਖਣਾ ਨਹੀਂ ਚਾਹੁੰਦੇ, ਠੀਕ ਆ। ਸੋ ਇਹ ਥੋੜ੍ਹੇ ਹਾਈਲਾਈਟ ਜੇ ਤੁਹਾਨੂੰ ਦਿਖਾਤੇ ਆ, ਠੀਕ ਹੈ। ਹੋਰ ਵੀ ਬਹੁਤ ਸਾਰੀਆਂ ਕਲਿੱਪ ਆ ਜਿਹੜੀਆਂ ਕਿ ਮੇਰੇ ਫੋਨ 'ਚ ਪਈਆਂ ਆ, ਸੋ 4-5 ਦਿਨਾਂ ਦੇ ਵਿੱਚ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਆ ਤਾਂ ਆਪਣਾ ਜਿਹੜਾ ਵਿਊਜ਼ ਜ਼ਰੂਰ ਦੇ ਦਿਓ ਕਿ ਤੁਸੀਂ ਵੀ ਜਿਹੜਾ ਬਿਹਾਈਂਡ ਦਾ ਸੀਨ ਵੀਡੀਓ ਦੇਖਣ ਦੇ ਵਿੱਚ ਇੰਟਰਸਟਿਡ ਆ ਜਾਂ ਨਹੀਂ, ਠੀਕ ਆ। ਸੋ ਇਹ ਕਮੈਂਟ ਜ਼ਰੂਰ ਕਰਨਾ ਆ, ਸੋ ਤਾਂ ਹੀ ਮੈਂ ਉਹ ਵਾਲੀ ਵੀਡੀਓ ਦੀ ਐਡੀਟਿੰਗ ਸਟਾਰਟ ਕਰੂੰਗੀ, ਠੀਕ ਆ। ਸੋ ਤੁਸੀਂ ਬਿਹਾਈਂਡ ਦਾ ਸੀਨ ਵੀਡੀਓਜ਼ ਜੋ ਵੀ ਸੀਨ ਸੀ ਉਹ ਦੇਖਣਾ ਚਾਹੁੰਦੇ ਆ ਜਾਂ ਨਹੀਂ, ਠੀਕ ਹੈ। ਅਗਰ ਤੁਹਾਡਾ ਜਵਾਬ ਘੱਟ ਤੋਂ ਘੱਟ 5-10 ਦੇ ਵਿੱਚ ਹਾਂ ਹੋਇਆ ਤਾਂ ਫਿਰ ਮੈਂ ਉਸ ਵੀਡੀਓ ਦੀ ਐਡੀਟਿੰਗ ਸਟਾਰਟ ਕਰੂੰਗੀ, ਠੀਕ ਹੈ। ਸੋ ਅਗਰ ਤੁਸੀਂ ਦੇਖਣਾ ਪਸੰਦ ਕਰੋਗੇ ਤਾਂ ਹੀ ਮੈਂ ਵੀਡੀਓ ਦੀ ਐਡੀਟਿੰਗ ਸਟਾਰਟ ਕਰੂੰਗੀ, ਠੀਕ ਹੈ। ਨਹੀਂ ਆਪਾਂ ਹੋਰ ਵੀ ਵੀਡੀਓ ਅਪਲੋਡ ਕਰਾਂਗੇ, ਵੈਸੇ ਆਈ ਹੋਪ ਉਹ ਸਭ ਚੀਜ਼ਾਂ ਵਧੀਆ ਹੋਣਗੀਆਂ ਕਿਉਂਕਿ ਮੈਂ ਦੇਖੀਆਂ ਥੋੜ੍ਹੀਆਂ ਥੋੜ੍ਹੀਆਂ। ਸੋ ਘੱਟ ਤੋਂ ਘੱਟ ਇੱਕ ਛੋਟਾ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਊਗੀ ਅਗਰ ਤੁਹਾਡਾ ਜਵਾਬ ਹਾਂ ਦੇ ਵਿੱਚ ਹੋਇਆ, ਠੀਕ ਹੈ। ਸੋ ਅੱਜ ਵਿਆਹ ਹੈਗਾ ਆ, ਆਹ ਜਿਹੜੀ ਵੀਡੀਓ ਤੁਸੀਂ ਦੇਖੀ ਹੈ 25 ਦੀ ਆ, ਐਕਚੁਲੀ ਮੈਂ 25 ਮੋਰਨਿੰਗ 'ਚ ਮੰਨੂ ਕਿ ਗਈ ਸੀ ਥੋੜ੍ਹੇ ਕੰਮ ਵਗੈਰਾ ਕੀਤੇ ਤਾਂ ਥੋੜ੍ਹਾ ਟਾਇਰਡ ਫੀਲ ਕੀਤਾ ਮੈਂ ਵੀ, ਤਾਂ ਕੱਲ੍ਹ ਮੈਂ ਕੋਈ ਕੰਮ ਨਹੀਂ ਕੀਤਾ ਗਾ, ਐਡੀਟਿੰਗ ਕੀਤੀ ਨਹੀਂ, ਦਿਲ ਹੀ ਨਹੀਂ ਕੀਤਾ, ਠੀਕ ਆ। ਸੋ ਅੱਜ ਮੋਰਨਿੰਗ 'ਚ ਉੱਠ ਕੇ ਆਹ ਵਾਲੀ ਵੀਡੀਓ ਦੀ ਐਡੀਟਿੰਗ ਕੀਤੀ ਆ, ਸੋ ਮੈਂ ਹੁਣ ਇਹਨੂੰ ਸੇਵ ਕਰਨਾ ਆ ਔਰ ਵਿਆਹ 'ਤੇ ਜਾਣ ਤੋਂ ਪਹਿਲਾਂ ਆਈ ਹੋਪ ਮੈਂ ਆਹ ਜਿਹੜਾ ਵਲੋਗ ਹੈ ਇਹ ਅਪਲੋਡ ਕਰਕੇ ਜਾਵਾਂ, ਆਈ ਹੋਪ 11 ਵਜੇ ਤੱਕ ਆਹ ਜਿਹੜਾ ਵਲੋਗ ਹੈਗਾ ਅਪਲੋਡ ਹੋ ਜਾਊਗਾ, ਠੀਕ ਹੈ। ਸੋ ਅੱਜ ਦਾ ਵੀਡੀਓ ਇੰਨਾ ਹੀ, ਅਗਰ ਤੁਸੀਂ ਬਿਹਾਈਂਡ ਦਾ ਸੀਨ ਦੇਖਣ ਦੇ ਵਿੱਚ ਇੰਟਰਸਟਿਡ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਉਹ ਵਾਲਾ ਵੀਡੀਓ ਆਉਣਾ ਚਾਹੀਦਾ ਆ ਜਾਂ ਨਹੀਂ ਆਉਣਾ ਚਾਹੀਦਾ, ਠੀਕ ਹੈ। ਸੋ ਹੁਣ ਆਪਾਂ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ, ਅੱਜ ਵਿਆਹ ਹੈਗਾ, ਆਈ ਹੋਪ ਵਧੀਆ ਸ਼ੂਟ ਕਰ ਪਾਈਏ ਔਰ ਤੁਹਾਨੂੰ ਵਧੀਆ ਦਿਖਾ ਪਾਈਏ, ਠੀਕ ਹੈ। ਸੋ ਜਿਹੜੇ ਵਿਆਹ ਦੇ ਵਿੱਚ ਪ੍ਰੈਜੈਂਟ ਨਹੀਂ ਗੇ, ਮੈਂ ਸੋਚਿਆ ਕਿ ਅੱਜ ਵਿਆਹ ਵਾਲਾ ਦਿਨ ਹੈ, ਆਹ ਵਾਲਾ ਵਲੋਗ ਜ਼ਰੂਰ ਅਪਲੋਡ ਕਰਕੇ ਜਾਈਏ ਤਾਂ ਕਿ ਜਿਹੜੇ ਪ੍ਰੈਜੈਂਟ ਨਹੀਂ ਗੇ ਉਹ ਇਹ ਸੀਨ ਦੇਖ ਸਕਣ, ਠੀਕ ਹੈ। ਸੋ ਵਿਆਹ ਵਾਲਾ ਜਿਹੜਾ ਵੀਡੀਓ ਵੀ ਆਪਾਂ ਵਲੋਗ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹ ਆਪਾਂ ਜ਼ਰੂਰ ਅਪਲੋਡ ਕਰਾਂਗੇ। ਸੋ ਥੈਂਕ ਯੂ ਸੋ ਮੱਚ ਐਵਰੀਵਨ ਫੋਰ ਵਾਚਿੰਗ। ਅਗਰ ਤੁਸੀਂ ਵੀਡੀਓ ਇੱਥੇ ਤੱਕ ਦੇਖ ਲਿਆ ਤਾਂ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਨੈਕਸਟ ਅਪਡੇਟ ਤੁਹਾਨੂੰ ਈਜ਼ੀਲੀ ਮਿਲ ਸਕਣ। ਥੈਂਕ ਯੂ ਸੋ ਮੱਚ ਐਵਰੀਵਨ ਫੋਰ ਵਾਚਿੰਗ।